ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਸਾਰਿਆਂ ਦਾ ਨਵੇਂ ਵੀਡੀਓ ਵਿੱਚ ਅੱਜ ਦੀ ਵਿੱਚ ਅਤੇ ਅੱਜ ਆਪਾਂ ਤੁਹਾਨੂੰ ਨਿਊ ਹੋਲੈਂਡ 3630 ਸਪੈਸ਼ਲ ਐਡੀਸ਼ਨ 4x4 ਦੇ ਰਿਵਿਊ ਦੇਣੇ ਆ ਆਪਾਂ ਇਹਨੂੰ 250 ਘੰਟਾ ਚਲਾਇਆ ਟਰੈਕਟਰ ਨੂੰ ਅਤੇ ਇਹਦੇ ਬਰਾਬਰ ਉਹ ਟਰੈਕਟਰ ਖੜ੍ਹਾ ਉਹ ਹੈਗਾ 2011 ਮਾਡਲ ਅਤੇ ਆਹ ਟਰੈਕਟਰ ਆਪਾਂ ਨਵਾਂ ਲਿਆ ਹਜੇ ਮਈ ਵਿੱਚ ਲਿਆ ਸੀਗਾ ਮਤਲਬ ਤਕਰੀਬਨ 6 ਮਹੀਨੇ ਹੋਏ ਟਰੈਕਟਰ ਨੂੰ 7 ਮਹੀਨੇ ਅਤੇ ਤੁਹਾਨੂੰ ਬਾਕੀ ਰਿਵਿਊ ਦੇਵਾਂਗੇ ਟਰੈਕਟਰ ਦੇ ਵੀ ਆਪਾਂ 250 ਘੰਟਾ ਚਲਾਤਾ ਇਹ ਹੁਣ ਤੱਕ ਅਤੇ ਬਾਕੀ ਤੁਹਾਨੂੰ ਪਹਿਲਾਂ ਮੀਟਰ ਦਿਖਾ ਦਈਏ ਦੇ ਸਕਦੇ 251 ਘੰਟੇ ਚੱਲੇ ਰੇਟਰ ਇਹ ਹਰੇਕ ਚੀਜ਼ ਪਾਈ ਇਹਦੇ ਪਿੱਛੇ ਅਤੇ ਪਹਿਲਾਂ ਸੀਗਾ ਥੋੜ੍ਹਾ ਜਿਹਾ ਜਿਵੇਂ ਪਹਿਲਾਂ 50 ਘੰਟੇ ਥੋੜ੍ਹਾ ਜਿਹਾ ਨੇ ਔਖਾ ਕੀਤਾ ਉਹ ਤੋਂ ਬਾਅਦ ਫਿਰ ਮਤਲਬ ਹੌਲੀ ਹੌਲੀ ਜਿਵੇਂ ਜਿਵੇਂ ਚੱਲੀ ਗਿਆ ਰਵਾਜ਼ ਹੋਈ ਗਿਆ ਸਹੀ ਕਰਤਾ ਬਾਅਦ 'ਚ ਉਹਨੇ ਆਪਣੇ ਨੋਰਮਲ ਆਪਣੇ ਆਪ ਹੀ ਆ ਗਿਆ ਅਤੇ 250 ਘੰਟਾ ਮੈਂ ਆਪਣੇ ਹੱਥੀਂ ਚਲਾਇਆ ਜੀ ਇਹ ਆਪਾਂ ਕੋਈ ਡਰਾਈਵਰ ਦੀ ਉਹ ਨਹੀਂ ਕਰ ਰਹੇ ਹੈਗੇ ਵੀ ਕਿਸੇ ਡਰਾਈਵਰ ਨੇ ਆਪਾਂ ਨੂੰ ਦੱਸਤਾ ਬਈ ਜੀ ਇਹ 'ਚ ਇੱਦਾਂ ਪ੍ਰੋਬਲਮ ਆ ਗਈ ਜਾਂ ਵੀ ਆਹ ਚੀਜ਼ ਚੰਗੀ ਆ ਇਹਨਾਂ ਦੀ ਐਵੇਂ ਦਾ ਕੁਛ ਨਹੀਂ ਹੈਗਾ ਜੀ ਤੁਹਾਨੂੰ ਮੈਂ ਆਪਣੇ ਇਹ ਰਿਵਿਊ ਦਊਂਗਾ ਵੀ ਆਪਾਂ ਨੂੰ ਟਰੈਕਟਰ ਲੈਣਾ ਚਾਹੀਦਾ ਨਹੀਂ ਲੈਣਾ ਚਾਹੀਦਾ ਹੁਣ ਗਾਂਹ ਆਪਾਂ ਕੱਦੂ ਆਪਣਾ ਸੋਰੀ ਆਲੂ ਲਾਉਣੇ ਆ ਝੋਨਾ ਵੱਢਣਾ ਇਹਦੇ ਮਗਰ ਪਲਾਓ ਪਾਉਣੇ ਆ ਮਲਚਰ ਪਾਉਣਾ ਜਾਂ ਕੁਛ ਵੀ ਪਾਉਣਾ ਤਾਂ ਤੁਹਾਨੂੰ ਮੈਂ ਇਕੱਲੀ ਇਕੱਲੀ ਗੱਲ ਦੀ ਉਹ ਦਊਂਗਾ ਰਿਵਿਊ ਆਪਦਾ ਵੀ ਆਪਾਂ ਨੂੰ ਕਿਵੇਂ ਕਿਹੜੀ ਚੀਜ਼ ਬੈਨੀਫਿਟ ਹੈ ਇਹਦੇ ਵਿੱਚ ਅਤੇ ਕਿਹੜੀ ਚੀਜ਼ ਦਾ ਨੁਕਸਾਨ ਉਹ ਵੀ ਦੱਸੂਗਾ ਬਾਕੀ ਜੁੜੇ ਰਹੋ ਸਾਰੇ ਜਾਣੇ ਵੀਡੀਓ ਨਾਲ ਅਤੇ ਹੁਣ ਆਪਾਂ ਨੂੰ ਖੇਤ ਲੈ ਕੇ ਚੱਲਦੇ ਹਾਂ ਤੁਹਾਨੂੰ ਹੁਣ ਪਹਿਲਾਂ ਇਹਦੀ ਆਵਾਜ਼ ਚੈੱਕ ਕਰਾਉਂਦੇ ਹਾਂ ਟਰੈਕਟਰ ਦੀ ਸਿਰਫ ਮਾਰ ਦਿੰਦੇ ਨੂੰ ਖੇਤ ਲੈ ਕੇ ਚੱਲਦੇ ਹਾਂ ਮੈਨੂੰ ਸਭ ਤੋਂ ਜ਼ਿਆਦਾ ਪਿਆਰੀ ਲੱਗਦੀ ਉਹ ਪਤਾ ਕੀ ਆ ਉਹ ਵਾਹ ਵਾ ਜਿਹੜੀਆਂ ਸੀੜੀਆਂ ਮਾਰਦਾ ਨਾ ਇਹਦੇ ਕਰਕੇ ਰੇਡਰ ਵਗਦਾ ਇਹਦੇ 1800 ਚੱਕਰ 'ਤੇ ਜਾ ਕੇ ਸੀੜੀ ਮਾਰਦਾ ਦੇਖੋ ਸਭ ਤੋਂ ਵਧੀਆ ਲੱਗਦੀ ਹੈ ਜਿਹੜਾ ਫਰਾਟਾ ਰੇਡਰ ਦਾ ਲੋਕ ਦੋਨੋਂ ਫੜ ਕੇ ਦੇਖ ਦਿੰਦੇ ਪਤਾ ਨਹੀਂ ਕੀ ਆਉਂਦਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅਤੇ ਹੁਣ ਆਪਾਂ ਵੀਡੀਓ ਅੱਗੇ ਸ਼ੁਰੂ ਕਰਦੇ ਹਾਂ ਤੁਹਾਨੂੰ ਪਹਿਲਾਂ ਇਹ ਟਰੈਕਟਰ ਦੀ ਮੈਂ ਰਿਵਿਊ ਦਊਂਗਾ ਸਭ ਤੋਂ ਪਹਿਲਾਂ ਦਊਂਗਾ ਜਿਹੜੀਆਂ ਚੰਗੀਆਂ ਚੰਗੀਆਂ ਚੀਜ਼ਾਂ ਜਿਹੜੀਆਂ ਕੰਪਨੀ ਨੇ ਸੋਧ ਕੀਤੀਆਂ ਇਹਦੇ ਵਿੱਚ ਪਹਿਲਾਂ ਦੇ ਮਾਡਲ ਨਾਲੋਂ ਕਿਉਂਕਿ ਆਪਣੇ ਟਰੈਕਟਰ ਦੂਜਾ ਵੀ ਹੈਗਾ ਨੋਰਮਲ ਇਹਦੇ ਲੱਗਦੇ ਅਰਗੇ ਹੀ ਅਤੇ ਜਿਹੜੇ ਮਤਲਬ ਹੁਣ ਆਏ ਇਹ ਵਾਲੇ 4 ਮਹੀਨੇ ਪਹਿਲਾਂ ਜਾਂ 5 ਮਹੀਨੇ 6 ਮਹੀਨੇ ਪਹਿਲਾਂ ਐਲ ਈ ਡੀ ਲਾਈਟਾਂ ਵਾਲੇ ਜਿਹੜੀ ਇਹਨਾਂ ਵਿੱਚ ਚੇਂਜ ਹੋਈ ਆ ਤੁਹਾਨੂੰ ਪਹਿਲਾਂ ਮੈਂ ਉਹਦੇ ਬਾਰੇ ਜਾਣਕਾਰੀ ਦਊਂਗਾ ਪਹਿਲੇ ਚੇਂਜ ਆਪਾਂ ਸ਼ੁਰੂ ਤੋਂ ਮੂਹਰੋਂ ਗੱਲ ਕਰੀਏ ਬੰਪਰ ਟੂ ਬੰਪਰ ਤੋਂ ਬੈਕ ਲੈਫਟ ਤੱਕ ਸਭ ਤੋਂ ਪਹਿਲਾਂ ਚੇਂਜ ਆਈ ਲਾਈਟਾਂ ਦੀ ਲਾਈਟਾਂ ਐਲ ਈ ਡੀ ਸਾਰਿਆਂ ਨੂੰ ਪਤਾ ਹੀ ਆ ਜਿਹੜੀ ਦੂਜੀ ਮੇਨ ਚੇਂਜ ਕੀ ਸੀਗੀ ਜਿਹੜਾ ਆਹ ਟਾਇਰ ਸੀ ਨਾ ਜਦੋਂ ਇਹ ਮੁੜਦਾ ਸੀਗਾ ਮਤਲਬ ਇੱਦਾਂ ਟਾਇਰ ਜਦੋਂ ਇਹ ਮੁੜਦਾ ਸੀਗਾ ਤਾਂ ਉਹ ਲਾਈਟ ਨਾਲ ਲੱਗਦਾ ਸੀ ਜਾ ਕੇ ਪਹਿਲਾਂ ਇਹ ਬਹੁਤ ਲੋਕਾਂ ਨੂੰ ਪਹਿਲਾਂ ਪ੍ਰੋਬਲਮ ਆਈ ਇਹ ਚੀਜ਼ ਦੀ ਬਈ ਜੀ ਰੇਟਰ ਥੋੜ੍ਹਾ ਜਿਹਾ ਮਤਲਬ ਮੂਹਰੋਂ ਭੀੜਾ ਵਾ ਅਤੇ ਉਹ ਜਾ ਕੇ ਸਿੱਧਾ ਲਾਈਟ ਵਿੱਚ ਵੱਜਦਾ ਸੀ ਟਾਇਰ ਤਾਂ ਫਿਰ ਲੋਕਾਂ ਨੇ ਕਹੀ ਮਤਲਬ ਮੂਹਰੇ ਬੰਪਰ 'ਤੇ ਲਾਈਟਾਂ ਲਵਾਈਆਂ ਉੱਥੋਂ ਖੁਲਵਾ ਕੇ ਠੀਕ ਹੈ ਜੀ
ਇਹਨਾਂ ਨੇ ਇਹ ਚੀਜ਼ ਮਤਲਬ ਟੋਟਲੀ ਦੂਰ ਕਰ ਦਿੱਤੀ ਆ। ਬਹੁਤ ਜ਼ਿਆਦਾ ਫਰਕ ਆ ਜਿਵੇਂ ਤੁਸੀਂ ਦੇਖ ਸਕਦੇ ਆ, ਮੂਹਰੋਂ ਦੇਖ ਕੇ ਪਤਾ ਲੱਗਦਾ ਵੀ ਬਹੁਤ ਦੂਰ ਆ, ਇਹਨਾਂ ਨੇ ਹਿੱਸਾ ਬਹੁਤ ਚੌੜਾ ਕਰਤਾ ਪਹਿਲਾਂ ਨਾਲੋਂ। ਅਤੇ ਜੇ ਆਪਾਂ ਦੂਜੀ ਗੱਲ ਕਰੀਏ ਜੀ ਇਹਦੇ ਇੰਜਣ ਦੀ, ਇਹਦਾ ਜਿਹੜਾ ਇੰਜਣ ਆ ਉਹਦੀ ਜਿਹੜੀ ਟੋਰਕ ਇਹਨਾਂ ਨੇ ਵਧਾ ਦਿੱਤੀ ਆ ਆਹ ਵਾਲੇ ਮਾਡਲ ਦੀ, ਜਿਹੜੀ ਪਹਿਲਾਂ ਸੀ ਉਹਦੀ ਟੋਰਕ ਘੱਟ ਸੀਗੀ। ਟੋਰਕ ਨਾਲ ਕੀ ਹੁੰਦਾ ਵਾ, ਇੱਕ ਤੇਲ ਖਰਚਾ ਘੱਟਦਾ ਜੀ ਟ੍ਰੈਕਟਰ ਦਾ, ਅਤੇ ਜ਼ੋਰ ਵੱਧ ਮਾਰਦਾ, ਠੀਕ ਹੈ ਜੀ। ਉਹ ਗੱਲ ਅੱਗੇ ਗੱਲ ਹੈਗੀ ਹੈ ਜੀ, ਦੇਖੋ ਇਹਦਾ ਜਿਹੜਾ ਤੇਲ ਖਰਚਾ ਪਹਿਲਾਂ ਸੀਗਾ, ਜਿਵੇਂ ਆਪਣੇ ਪਹਿਲਾਂ ਆਪਣਾ ਭਰਾ ਹੁੰਦੇ ਪਰਮਵੀਰ ਜਿਹਦੀ ਡੈਥ ਹੋ ਗਈ ਸੀਗੀ, ਅਤੇ ਉਹ ਟ੍ਰੈਕਟਰ ਲੈ ਕੇ ਆਇਆ ਸੀ 2019 ਅਤੇ ਤਕਰੀਬਨ 2020 ਦੇ ਵਿੱਚ ਲੈ ਕੇ ਆਇਆ ਸੀ। ਉਦੋਂ ਕੀ ਹੁੰਦਾ ਸੀਗਾ, ਟ੍ਰੈਕਟਰ ਦਾ ਜ਼ੋਰ ਤਾਂ ਪੂਰਾ ਫੁੱਲ ਮਾਰਦਾ ਸੀਗਾ, ਅਤੇ ਤੇਲ ਉਹਨੇ 9 ਲੀਟਰ ਪੀ ਜਾਣਾ, 10 ਲੀਟਰ ਪੀ ਜਾਣਾ, ਪਹਿਲਾਂ ਉਹ ਚੀਜ਼ ਹੁੰਦੀ ਸੀਗੀ। ਇਹ ਟ੍ਰੈਕਟਰ ਨੇ ਔਸਤ ਕੱਢੀ ਆ, ਵੀਡੀਓ ਪਹਿਲਾਂ ਪਾਈ ਵੀ ਆਪਾਂ ਆਪਣੇ ਪੇਜ 'ਤੇ, ਅਤੇ ਇਹਦੀ ਔਸਤ 6 ਲੀਟਰ ਤੇਲ ਨਿਕਲੀ ਆ 15 ਹਲਾਂ 'ਤੇ। ਅਤੇ ਮੈਨੂੰ ਨਹੀਂ ਲੱਗਦਾ ਕਿ 15 ਹਲਾਂ 'ਤੇ ਆਹ ਟ੍ਰੈਕਟਰ 6 ਲੀਟਰ ਤੇਲ ਪੀਊਗਾ, ਠੀਕ ਹੈ ਜੀ। ਪਰ ਇਹਨੇ ਮਤਲਬ 6 ਦੀ ਔਸਤ ਕੱਢੀ ਆ, ਆਪਾਂ ਪੂਰਾ ਦੱਬ ਕੇ ਵਾਹਿਆ, ਜ਼ੋਰ ਵੀ ਲਵਾਇਆ, ਜਿਵੇਂ ਨੋਰਮਲ ਵਾਹੁੰਦੇ ਹੁੰਦੇ ਆ ਆਪਾਂ ਡੂੰਘੇ ਹੀ ਵਾਹੇ ਆ, ਤਾਂ ਔਸਤ ਪਈ 6 ਲੀਟਰ ਤੇਲ ਦੀ ਜੀ। ਅਤੇ ਉਹ ਤੋਂ ਬਾਅਦ ਜੇ ਆਪਾਂ ਗੱਲ ਕਰੀਏ ਇਹਦਾ ਜਿਹੜਾ ਫੁੱਟ ਰੈਸਟ ਆ, ਠੀਕ ਹੈ ਜੀ, ਪੈਰ ਰੱਖਣ ਵਾਲੀ ਜਗ੍ਹਾ, ਅਤੇ ਇਹ ਇਹਨਾਂ ਨੇ ਇੰਨੇ ਕੁ ਮਤਲਬ ਵਧੀਆ ਬਣਾ ਦਿੱਤੀ ਆ। ਪਹਿਲਾਂ ਹੁੰਦਾ ਸੀਗਾ ਜਿਹੜਾ ਬੰਦਾ ਛੋਟੇ ਕੱਦ ਦਾ ਹੁੰਦਾ ਸੀਗਾ, ਜਿਵੇਂ ਆਪਣਾ ਕੋਈ ਡਰਾਈਵਰ ਹੁੰਦਾ ਜਾਂ ਕੋਈ ਵੀ, ਹੈ ਨਾ, ਉਹ ਇੱਥੇ ਪੈਰ ਰੱਖਦਾ ਨਹੀਂ ਸੀ, ਆਹ ਥੋੜ੍ਹਾ ਨੀਵਾਂ ਹੁੰਦਾ ਸੀ ਇਹਦਾ, ਅਤੇ ਆਹ ਪੌੜੀ ਵੀ ਇੱਕ ਹੀ ਹੁੰਦੀ ਸੀ ਇਹਦੇ, ਅਤੇ ਹੁਣ ਜਿਹੜੀਆਂ ਪੌੜੀ ਨੇ 2 ਕਰਤੀਆਂ ਇਹਨਾਂ ਨੇ, ਜਿਵੇਂ ਥੋੜ੍ਹਾ ਜਿਹਾ ਫੁੱਟ ਰੈਸਟ ਉੱਪਰ ਚੱਕਤਾ, ਜੋ ਕੋਈ ਛੋਟੇ ਕੱਦ ਵਾਲਾ ਬੰਦਾ ਵੀ ਆ ਉਹ ਵੀ ਮਤਲਬ ਨੋਰਮਲ ਉੱਥੇ ਬਹਿ ਜਾਂਦਾ ਆਪਣੇ ਪੈਰ ਰੱਖ ਕੇ। ਪਹਿਲਾਂ ਕੀ ਹੁੰਦਾ ਸੀ, ਪਹਿਲਾਂ ਆਪਾਂ ਨੂੰ ਇੱਥੇ ਆਪਾਂ ਨੂੰ ਲਵਾਉਣਾ ਪੈਂਦਾ ਹੁੰਦਾ ਸੀਗਾ ਉਹ ਪੈਰ ਵਾਲਾ, ਅਤੇ ਇਹਦੇ ਵਿੱਚ ਕੋਈ ਲੋੜ ਨਹੀਂ ਪੈਰ ਲਵਾਉਣ ਦੀ, ਨੋਰਮਲ ਬੰਦਾ ਇੱਥੇ ਪੈਰ ਰੱਖ ਲੈਂਦਾ ਜੀ, ਅਤੇ ਇੱਥੋਂ ਬੰਦਾ ਮਤਲਬ ਨੋਰਮਲ ਡਰਾਈਵ ਕਰ ਸਕਦਾ ਕੋਈ ਵੀ, ਛੋਟੇ ਕੱਦ ਵਾਲਾ ਵੱਡੇ ਕੱਦ ਵਾਲਾ, ਬਾਕੀ ਸੀਟ ਅੱਗੇ ਪਿੱਛੇ ਹੋ ਜਾਂਦੀ ਆ ਉਹ ਤਾਂ ਸਾਰਿਆਂ ਨੂੰ ਪਤਾ ਹੀ ਆ। ਉਹ ਤੋਂ ਬਾਅਦ ਜਿਵੇਂ ਆਪਾਂ ਰਿਵਿਊ ਤੁਹਾਨੂੰ ਹੋਰ ਦੇਈਏ 250 ਘੰਟੇ ਦਾ, ਜਿਹੜਾ ਪਹਿਲਾਂ ਟ੍ਰੈਕਟਰ ਹੁੰਦਾ ਸੀਗਾ ਆਪਣੇ ਯਾਰ ਦੋਸਤ ਕੋਲ ਕਿਸੇ ਕੋਲ ਹੈਗਾ, ਉਹਦੇ ਨਾਲ ਇੱਥੇ ਮਿੰਦਰੇ ਵਾਂਗੂ ਗੇਅਰ ਆਉਂਦਾ ਹੁੰਦਾ ਸੀਗਾ, ਐਂ ਹਾਈ ਲੋ ਵਾਲਾ, ਉਹ ਜਿਵੇਂ ਮਿੰਦਰੇ ਦਾ ਹਾਈ ਲੋ ਗੇਅਰ ਆਉਂਦਾ ਹੁੰਦਾ ਸੀ, ਉਹਦੇ ਨਾਲ 4-wheel ਵਾਲਾ ਗੇਅਰ ਹੁੰਦਾ ਸੀ, ਉਹ ਤਾਂ ਚੱਕ ਦੋ 4-wheel ਪੈ ਜਾਂਦਾ ਸੀਗਾ, ਥੱਲੇ ਕਰਦੇ 4-wheel ਨਿਕਲ ਜਾਂਦਾ ਸੀ, ਪਹਿਲਾਂ ਉਹ ਆਉਂਦਾ ਹੁੰਦਾ ਸੀ। ਹੁਣ ਇਹਨਾਂ ਨੇ ਕੀ ਕੀਤਾ, ਹੁਣ ਇਹਨਾਂ ਨੇ ਇਹ 'ਚ ਐਡਵਾਂਸਮੈਂਟ ਕਰਤੀ, ਜਿਵੇਂ ਕਿ ਲੋਕਾਂ ਨੂੰ ਦਿੱਕਤ ਆਉਂਦੀ ਥੱਲੇ ਹੱਥ ਪਾਉਣ 'ਤੇ ਇੱਥੋਂ, ਹੈ ਨਾ, ਇੱਥੋਂ ਬਸ ਉਂਗਲ ਪਾਓ, ਇਹਨੂੰ ਉੱਪਰ ਚੱਕੋ, ਇਹ ਗੇਅਰ 4-wheel ਪੈ ਗਿਆ, ਥੱਲੇ ਕਰ ਦਿਓ, ਇਹ ਗੇਅਰ ਨਿਕਲ ਗਏ, ਠੀਕ ਹੈ ਜੀ। ਪਹਿਲਾਂ ਮੈਂ ਸਾਰੇ ਚੰਗੀਆਂ ਚੰਗੀਆਂ ਚੀਜ਼ਾਂ ਦੱਸੂੰ ਇਹਦੇ ਬਾਰੇ, ਜਿਹੜੀਆਂ ਚੰਗੀਆਂ ਚੰਗੀਆਂ ਲੱਗੀਆਂ ਮੈਨੂੰ 250 ਘੰਟਾ ਚਲਾ ਕੇ। ਉਹ ਤੋਂ ਬਾਅਦ ਗੱਲ ਕਰੀਏ ਜੀ ਇਹਦੇ ਸਲਾਂਸਰ ਦੀ, ਕਈ ਲੋਕ ਕਹਿੰਦੇ ਵੀ ਇਹਦਾ ਆਵਾਜ਼ ਬਹੁਤ ਆ ਜਾਂ ਇਹ ਕੁਛ ਵੀ ਆ, ਮੈਨੂੰ ਤਾਂ ਵੀ ਲੱਗਿਆ ਨਹੀਂ ਇਹਦੀ ਆਵਾਜ਼ ਬਹੁਤ ਆ, ਠੀਕ ਆ, ਕਿਉਂਕਿ ਜਦੋਂ ਬੰਦਾ ਉੱਪਰ ਬੈਠਾ ਤਾਂ ਇੱਕ ਤਾਂ ਜਿਹੜੀਆਂ ਡਿਕਸ਼ਨਾਂ 'ਚ ਆਵਾਜ਼ਾਂ ਆਉਂਦੀਆਂ ਸਾਰਿਆਂ ਨੂੰ ਪਤਾ ਹੀ ਆ, ਹੈ ਨਾ, ਗੀਂ 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 ਦੀਆਂ ਆਵਾਜ਼ਾਂ ਆਉਂਦੀ ਰਹਿੰਦੀਆਂ ਇਹਦੇ ਵਿੱਚੋਂ, ਸਲਾਂਸਰ ਨਾਲ ਆਵਾਜ਼ ਮੈਕਸ ਹੋ ਜਾਂਦੀ ਆ ਉਹ, ਅਤੇ ਇਹਨਾਂ ਪਤਾ ਨਹੀਂ ਲੱਗਦਾ ਵੀ ਇਹਦੇ ਡਿਕਸ਼ਨਾਂ 'ਚ ਆਵਾਜ਼ਾਂ ਆ ਰਹੀਆਂ, ਤਾਂ ਕਰਕੇ ਆਪਾਂ ਸਲਾਂਸਰ ਲਾਇਆ ਹੋਇਆ ਇਹਦੇ ਉੱਤੇ, ਹੋਰ ਮੇਨ ਕੋਈ ਰੀਜ਼ਨ ਨਹੀਂ ਸਲਾਂਸਰ ਲਾਉਣ ਦਾ। ਅਤੇ ਉਹ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਹਾਂ ਜੀ ਇਹਦੇ ਬੈਕ ਸਾਈਡ ਦੀ, ਅਤੇ ਨਹੀਂ ਪਹਿਲਾਂ ਬੈਕ ਸਾਈਡ ਨੂੰ ਪਹਿਲਾਂ ਮੂਹਰੇ ਦੇਖੋ, ਜਿਹੜਾ ਇਹਦਾ ਬੰਪਰ ਆ, ਸੋਰੀ ਆਪਣਾ ਮਰਗਾੜ ਆ, ਇਹ 55-20 ਦੀ ਹਾਈਟ ਦਾ ਟ੍ਰੈਕਟਰ ਇਹਨਾਂ ਨੇ ਕਰ ਚੁੱਕੇ ਆ, ਹੁਣ 55-20 ਦੀ ਹਾਈਟ ਇੰਨੀ ਸੀਗੀ ਜਿੰਨੀ ਇਹਦੀ ਆ। ਪਹਿਲਾਂ ਹੁੰਦਾ ਸੀਗਾ ਮਰਗਾੜ ਥੋੜ੍ਹਾ ਨੀਵਾਂ ਹੁੰਦਾ ਸੀ, ਅਤੇ ਫੁੱਟ ਰੈਸਟ ਥੋੜ੍ਹਾ ਜਿਹਾ ਡਾਊਨ ਹੁੰਦਾ ਸੀਗਾ, ਮੇਰੇ ਹਿਸਾਬ ਨਾਲ ਘੱਟੋ ਘੱਟ 1 ਫੁੱਟ ਟ੍ਰੈਕਟਰ ਇਹਨਾਂ ਨੇ ਥੱਲੋਂ ਚੱਕਿਆ ਤਾਂ ਉੱਥੋਂ, ਠੀਕ ਹੈ ਜੀ। ਉਦੋਂ ਬਾਅਦ ਆਪਾਂ ਗੱਲ ਕਰੀਏ ਪਿੱਛੇ ਦੀ ਬੈਕ ਸਾਈਡ ਦੀ, ਪਿੱਛੋਂ ਤਾਂ ਇਹਨਾਂ ਨੇ ਮਤਲਬ ਟ੍ਰੈਕਟਰ ਨੂੰ ਟੋਟਲੀ ਜਿਹੜੀਆਂ ਪ੍ਰੋਬਲਮ ਸੀਗੀਆਂ ਸਾਰੀਆਂ ਦੂਰ ਕਰਤੀਆਂ। ਜੇ ਆਪਰੇਟਰ ਪਿੱਛੋਂ ਦੇਖਦੇ ਹਾਂ, ਇੱਕ ਪ੍ਰੋਬਲਮ ਹਜੇ ਵੀ ਹੈਗੀ, ਉਹ ਮੈਂ ਤੁਹਾਨੂੰ ਦੱਸਦਾ ਬਾਅਦ ਵਿੱਚ, ਪਹਿਲਾਂ ਚੰਗੀ ਚੰਗੀ ਚੀਜ਼ ਦੱਸੂਗਾ। ਪਹਿਲੀ ਇਹਨਾਂ ਨੇ ਚੰਗੀ ਚੀਜ਼ ਕੀ ਕੀਤੀ ਆ, ਪਹਿਲਾਂ ਨਾ ਇੱਥੇ ਇਹਦੇ ਘੁਮਾਉਣ ਵਾਲੇ ਉਹ ਹੁੰਦੇ ਹੁੰਦੇ ਸੀਗੇ, ਮਤਲਬ ਚੂੜੀਆਂ ਜਿਵੇਂ ਆਪਣਾ ਡੰਡਾ ਹੁੰਦਾ ਹਲਾਂ ਵਾਲਾ, ਐਂ ਚੂੜੀਆਂ ਨਾਲ ਇੱਦਾਂ ਅੱਗੇ ਪਿੱਛੇ ਸਾਈਡਾਂ 'ਤੇ ਹੁੰਦੀਆਂ ਹੁੰਦੀਆਂ ਲਿੰਕਾਂ। ਹੁਣ ਇਹਨਾਂ ਨੇ ਕੀ ਕੀਤਾ, ਸਵਰਾਜ ਵਾਂਗੂ ਜਿਵੇਂ ਸਵਰਾਜ ਦੇ ਸੀਗੀਆਂ ਪਹਿਲਾਂ ਹੁੰਦੀਆਂ ਹੁੰਦੀਆਂ, ਇਹਨਾਂ ਨੇ ਇੱਥੇ ਗੁੱਲੀ ਪਾਤੀ ਇਹਦੇ ਵਿੱਚ, ਜਿਹਦੇ ਨਾਲ ਕਿ ਬਹੁਤ ਈਜ਼ੀ ਰਹਿੰਦਾ, ਕੋਈ ਘੁਮਾਉਣ ਦੀ ਲੋੜ ਨਹੀਂ, ਜਾਂ ਜਾਮ ਹੋ ਗਿਆ ਪਹਿਲਾਂ ਉਹੀ ਖੁੱਲ੍ਹੀ ਪਾਣੀ ਸਿੱਟ ਦਿੰਦੇ 2-2 ਦਿਨ ਫਿਰ ਜਾਮ ਨਿਕਲਦਾ ਸੀਗਾ ਜਗਾਲ ਉਹਦੇ ਵਿੱਚੋਂ, ਉਵੇਂ ਦਾ ਕੋਈ ਸੀਨ ਨਹੀਂ ਹੈਗਾ ਜੀ। ਅਤੇ ਹੋਰ ਆਪਾਂ ਇਹਦੇ ਗੱਲ ਕਰੀਏ ਮਰਗਾਡਾਂ ਦੀ,
ਪਹਿਲਾਂ ਕੀ ਹੁੰਦਾ ਸੀ ਨਾ, ਪਹਿਲਾਂ ਮਰਗਾੜ ਹੁੰਦੇ ਸੀ ਜਿਹੜੇ, ਉਹਦੇ ਇੱਥੇ ਮਿੱਟੀ ਫਸ ਜਾਂਦੀ ਸੀ, ਇੱਥੇ ਮਿੱਟੀ ਫਸ ਕੇ ਇੱਥੋਂ ਮਰਗਾੜ ਗਾਣ ਲੱਗ ਜਾਂਦਾ ਸੀਗਾ। ਪਰ ਇਹ ਇਹਨਾਂ ਨੇ ਕੀ ਕੀਤਾ, ਮਰਗਾੜ ਜਮਾਂ ਨਾਲ ਲਾਤਾ ਸਾਈਡ ਦੇ ਉੱਤੇ, ਦੇਖੋ ਕੋਈ ਮਿੱਟੀ ਨਹੀਂ ਫਸਦੀ, ਕੁਛ ਨਹੀਂ, ਜਿਵੇਂ ਆਉਂਦੀ ਹੈ ਮਿੱਟੀ ਉਵੇਂ ਨਿਕਲ ਜਾਂਦੀ ਆ, ਪਾਣੀ ਮਾਰੋ ਜਮਾਂ ਸਾਫ਼, ਠੀਕ ਹੈ ਜੀ। ਇਹਦੀ ਪਿੱਛੋਂ ਆ, ਆਹ ਤੁਸੀਂ ਪਿੱਛੋਂ ਰੇਟਰ ਦੇਖ ਸਕਦੇ ਹੋ, ਅਤੇ ਮੈਨੂੰ ਤਾਂ ਪਿੱਛੋਂ ਬਹੁਤ ਵਧੀਆ ਲੱਗਿਆ ਇਹ, ਜਿਹੜੀ ਪਹਿਲਾਂ ਪ੍ਰੋਬਲਮ ਆਉਂਦੀਆਂ ਸੀਗੀਆਂ ਸਾਰੀਆਂ ਦੂਰ ਕਰਤੀਆਂ ਇਹਨਾਂ ਨੇ, ਕਿਉਂਕਿ ਆਪਣੇ ਨਾ ਟਰੈਕਟਰ ਦੇ ਮਰਗਾੜ ਗਲਣ ਲੱਗ ਗਏ ਸੀ ਦੂਜੇ ਦੇ, ਅਤੇ ਆਪਾਂ ਨਵੇਂ ਪਾਇਆ ਮਰਗਾੜ ਦੇ ਹੁਣ, ਉਹ ਪ੍ਰੋਬਲਮ ਇਹੀ ਸੀ ਉੱਥੇ ਮਿੱਟੀ ਫਸ ਜਾਂਦੀ ਸੀ। ਅਤੇ ਉਦੋਂ ਬਾਅਦ ਬਾਕੀ ਸਾਰਾ ਸਾਰਾ ਨੋਰਮਲ ਆ, ਪਿੱਛੋਂ ਜਿਵੇਂ ਰੇਟਰ ਦੂਜੇ ਆ ਉਵੇਂ ਆ, ਕੋਈ ਬਣ ਲੱਗਣੀ ਬਾਹਲਾ ਪ੍ਰੋਬਲਮ ਮਤਲਬ ਚੇਂਜ ਹੈਗੀ ਇਹਦੇ ਵਿੱਚ। ਅਤੇ ਉਦੋਂ ਬਾਅਦ ਆਪਾਂ ਗੱਲ ਕਰਦੇ ਹਾਂ ਇਸ ਪਾਸੇ ਦੀ, ਇਹ ਪਾਸਿਓਂ ਟਰੈਕਟਰ ਜਿਵੇਂ ਉਹ ਸੀਗਾ ਸਾਰਾ ਨੋਰਮਲ ਉੱਦਾਂ ਹੀ ਆ, ਕਿਉਂਕਿ ਮੈਨੂੰ ਕੋਈ ਲੱਗਿਆ ਨਹੀਂ ਵੀ ਖਾਸ ਕੋਈ ਚੇਂਜ ਕੀਤੀ ਇਹਨਾਂ ਨੇ ਜਾਂ ਕੋਈ ਪ੍ਰੋਬਲਮ ਦੂਰ ਕੀਤੀ ਆ, ਇਸ ਪਾਸੇ ਕੋਈ ਵੱਧ ਪ੍ਰੋਬਲਮ ਹੈ ਨਹੀਂ ਟਰੈਕਟਰ ਦੇ। ਅਤੇ ਇੱਕ ਆ ਹੈਗਾ ਵਾ ਜਿਹੜੀਆਂ ਆਹ ਪਾਈਪਾਂ ਜਾਂਦੀਆਂ ਨੇ ਇੱਧਰਲੇ ਪਾਸੇ, ਹੈ ਨਾ, ਹਾਈਡਰੋਲਿਕ ਵਾਲੀਆਂ, ਇਹ ਪਹਿਲਾਂ ਅੰਦਰ ਦੇ ਹੋ ਕੇ ਜਾਂਦੀਆਂ ਸੀਗੀਆਂ ਇੱਥੋਂ ਦੀ, ਜਿਹੜੇ ਕਹਿੰਦੇ ਨੇ ਬਾਹਰ ਕੱਢਤੀਆਂ ਹੁਣ, ਇਹ ਬਹੁਤ ਵਧੀਆ ਕੰਮ ਕੀਤਾ, ਖੋਲ੍ਹਣੇ ਕਰਨੀ ਈਜ਼ੀ ਆ, ਠੀਕ ਆ, ਬੰਦਾ ਕੋਈ ਵੀ ਮਤਲਬ ਰਿਪੇਅਰ ਕਰਨੀ ਕੁਛ ਵੀ ਕਰਨਾ, ਬੰਦਾ ਪਾਈਪਾਂ ਬਾਹਰ ਦੀ ਕੱਢਤੀਆਂ ਅਤੇ ਬੰਦਾ ਖੋਲ੍ਹ ਸਕਦਾ। ਪਹਿਲਾਂ ਪਾਈਪਾਂ ਅੰਦਰ ਦੀ ਜਾਂਦੀਆਂ ਹੁੰਦੀਆਂ ਸੀਗੀਆਂ ਇੰਜਣ ਦੇ, ਅਤੇ ਬਹੁਤ ਪ੍ਰੋਬਲਮ ਆਉਂਦੀ ਸੀ ਲੋਕਾਂ ਨੂੰ ਇਹ ਚੀਜ਼ ਦੀ, ਇਹਨਾਂ ਨੇ ਮਤਲਬ ਪ੍ਰੋਬਲਮ ਲੋਕਾਂ ਦੂਰ ਕਰਤੀ ਆ। ਉਦੋਂ ਬਾਅਦ ਤੁਹਾਨੂੰ ਆਹ ਦੱਸਤਾ ਵੀ ਆਹ ਲਾਈਟਾਂ ਤੋਂ ਆਹ ਡਿਫਰੈਂਸ ਟਾਇਰ ਦਾ ਇਹਨਾਂ ਨੇ ਵਧਾਤਾ, ਠੀਕ ਹੈ ਜੀ। ਇਹ ਸੀ ਸਾਰੇ ਇਹਦੇ ਚੰਗੇ ਚੰਗੇ ਗੁਣ ਜਿਹੜੇ ਮੈਨੂੰ ਲੱਗਿਆ 250 ਘੰਟਾ ਚਲਾ ਕੇ, ਵੀ ਹਾਂ ਟਰੈਕਟਰ ਵਿੱਚ ਪਹਿਲਾਂ ਵਿੱਚ ਹੈ ਨਹੀਂ ਸੀਗੇ ਅਤੇ ਹੁਣ ਇਹਦੇ ਵਿੱਚ ਹੈਗੇ ਆ 250 ਘੰਟੇ ਬਾਅਦ ਮੈਂ ਜਦੋਂ ਜੱਜ ਕੀਤਾ ਟਰੈਕਟਰ ਸਾਰਾ। ਉਦੋਂ ਬਾਅਦ ਹੁਣ ਮੈਂ ਤੁਹਾਨੂੰ ਦੱਸਦਾ ਜੀ ਇਹਦੀਆਂ ਜਿਹੜੀਆਂ ਅਸੀਂ ਮਤਲਬ ਆਪਦੀ ਗਲਤੀ ਕਹਿ ਲਓ, ਏਜੰਸੀ ਦੀ ਗਲਤੀ ਕਹਿ ਲਓ, ਜਿਵੇਂ ਮਰਜ਼ੀ ਕਹਿ ਲਓ। ਜੇ ਆਪਾਂ ਟਰੈਕਟਰ ਨੂੰ ਮੂਹਰੋਂ ਸ਼ੁਰੂ ਕਰਦੇ ਹਾਂ ਬੰਪਰ ਤੋਂ, ਅਸੀਂ ਬੰਪਰ ਤੋਂ ਆਪਣੇ ਸੋਰੀ ਵੇਟ ਨਾ ਏਜੰਸੀ 'ਚ ਪਵਾਏ ਸੀਗੇ ਇਹ ਵਾਲੇ, ਅਸੀਂ ਜੇ ਏਜੰਸੀ ਤੋਂ ਵੇਟ ਤਾਂ ਪਵਾ ਲਏ, ਅਸੀਂ ਤਕਰੀਬਨ ਮੇਰੇ ਹਿਸਾਬ ਨਾਲ 140 ਰੁਪਏ ਕਿਲੋ ਵੇਟ ਪਵਾਏ ਸੀਗੇ ਇਹ, ਬਾਹਰੋਂ ਨੋਰਮਲ 90-95 ਇੱਥੇ ਰੇਟ ਮਿਲਦਾ ਹੁੰਦਾ ਜੀ ਵੇਟ ਦਾ, ਅੱਜ ਤੋਂ 6 ਮਹੀਨੇ ਪਹਿਲਾਂ। ਨਾ ਸਾਨੂੰ ਦੱਸਿਆ ਏਜੰਸੀ ਵਾਲਿਆਂ ਨੇ, ਠੀਕ ਹੈ, ਨਾ ਅਸੀਂ ਧਿਆਨ ਦਿੱਤਾ ਇਹ ਵੇਟਾਂ ਦੇ ਵਿੱਚ। ਇੱਕ ਪ੍ਰੋਬਲਮ ਆ, ਇਹਦੇ ਇੱਥੇ ਕੋਈ ਗੁੱਲਾ ਨਹੀਂ ਪੈਂਦਾ, ਜੇ ਆਪਾਂ ਨਾਈਟ੍ਰੋਜਨ ਪਾਉਣਾ ਹੈ ਨਾ ਇੱਥੇ, ਇਹਦੇ ਵਿੱਚ ਕੋਈ ਜਗ੍ਹਾ ਨਾਈਟ੍ਰੋਜਨ ਪਾਉਣ ਨੂੰ, ਤਾਂ ਦੇਖ ਲਓ ਸਾਹਮਣੇ ਆ ਤੁਹਾਡੇ। ਨਾ ਅਸੀਂ ਧਿਆਨ ਦਿੱਤਾ, ਨਾ ਏਜੰਸੀ ਨੇ ਧਿਆਨ ਦਿੱਤਾ, ਠੀਕ ਆ, ਆਪਾਂ ਵੇਟ ਪਵਾ ਲਏ, ਕਿਉਂਕਿ ਆਪਣੀ ਆਦਤ ਹੁੰਦੀ ਆ ਆਪਾਂ ਏਜੰਸੀ ਨੂੰ ਰੇਡਰ ਕੋਈ ਵੀ ਕਢਾਈ ਦਾ, ਕੋਈ ਵੀ ਮਸ਼ੀਨਰੀ ਕਢਾਈ ਦੀ ਆ ਏਜੰਸੀ ਤੋਂ ਰੈਡੀ ਕਰਕੇ ਘਰੇ ਲੈ ਕੇ ਆਈਦਾ, ਇੱਦਾਂ ਨਹੀਂ ਕਿ ਬਾਹਰੋਂ ਆਪਾਂ ਵੇਟ ਪਾਈ ਜਾਂਦੇ ਜਾਂ ਕੁਛ ਵੀ। ਅਤੇ ਹੁਣ ਇਹਦੇ ਟੋਜਨ ਪਾਉਣਾ ਪੈਂਦਾ ਇੱਥੋਂ ਸਾਈਡ ਤੋਂ ਜੀ, ਇੱਥੋਂ ਦੀ ਪਾ ਕੇ ਆ ਬਿਰਲੇ ਵਿੱਚ ਦੀ, ਫਿਰ ਇੱਥੋਂ ਦੂਜੇ ਪਾਸੇ ਕੱਢਣਾ ਪੈਂਦਾ ਇੱਧਰੋਂ, ਫਿਰ ਇੱਥੇ ਗੰਢ ਦੇਣੀ ਪੈਂਦੀ ਮੂਹਰੇ ਲਿਆ ਕੇ। ਇੱਕ ਸਾਨੂੰ ਇਹ ਪ੍ਰੋਬਲਮ ਬਹੁਤ ਆ ਰਹੀ ਇਹਦੇ ਵਿੱਚ, ਠੀਕ ਆ, ਵੇਟ ਵਿੱਚ ਧਿਆਨ ਦਿੱਤਾ, ਮੈਂ ਸਾਡੀ ਗਲਤੀ ਆ ਉਹ, ਸਾਨੂੰ ਧਿਆਨ ਦੇਣਾ ਚਾਹੀਦਾ ਸੀਗਾ ਵੇਟ ਦੇ ਵਿੱਚ। ਅਤੇ ਜਿਹੜੀ ਦੂਜੀ ਪ੍ਰੋਬਲਮ ਆ ਇਹਦੀ, ਉਹ ਹੈਗੀ ਆ ਜੀ ਟਰੈਕਟਰ ਦੀ ਇੰਜਣ ਤੋਂ ਲੈ ਕੇ ਪਿੱਛੇ ਤੋਂ ਕੋਈ ਪ੍ਰੋਬਲਮ ਨਹੀਂ, ਸਾਰਾ ਵਧੀਆ, ਟਾਇਰ ਵੀ ਦੂਰ ਕਰਤੇ, ਕਿਤੇ ਟਾਇਰ ਨਹੀਂ ਨਾਲ ਲੱਗਦਾ ਲੈਟ ਦੇ। ਦੂਜੀ ਪ੍ਰੋਬਲਮ ਹੈਗੀ ਆ ਜੀ ਇਹਦੇ PTO ਗੇਅਰ ਦੇ ਵਿੱਚ, ਇੱਥੇ ਇਹਦੇ ਨਾਲ ਇੱਥੇ ਮਿੱਟੀ ਫਸ ਜਾਂਦੀ ਥੱਲੇ, ਇੱਥੇ ਆਹ ਜਿਹੜੀ ਬੈਡਲ ਆ ਮੈਂ ਤੁਸੀਂ ਦੇਖ ਸਕਦੇ ਹਾਂ, ਤਾਂ ਮੈਂ ਦਿਖਾ ਦੇਣਾ ਥੋੜ੍ਹਾ ਜ਼ੂਮ ਕਰਕੇ, ਆਹ ਵਾਲੀ ਬੈਡਲ ਵਿੱਚ ਇੱਥੇ ਮਿੱਟੀ ਫਸ ਜਾਂਦੀ ਹੈ ਇਹਦੇ। ਕੱਦੂ ਟਾਈਮ ਸਾਨੂੰ ਬਹੁਤ ਪ੍ਰੋਬਲਮ ਆਈ, ਠੀਕ ਹੈ ਜੀ, ਕੀ ਹੁੰਦਾ ਸੀਗਾ ਮਤਲਬ ਜਿਹੜਾ ਗੇਅਰ ਸੀ ਨਾ ਮਿੱਟੀ ਪੈ ਕੇ ਅੜ ਜਾਂਦਾ ਸੀਗਾ, ਅਸੀਂ ਜ਼ੋਰ ਜ਼ੋਰ ਸੜਦਾ, ਕੁਦਰਤੀ ਡਰਾਈਵਰ ਨੇ ਧਿਆਨ ਦਿੱਤਾ, ਡਰਾਈਵਰ ਇੱਥੇ ਜ਼ੋਰ ਮਾਰੀ ਜਾਵੇ ਇੱਦਾਂ ਪੈਰ ਰੱਖ ਕੇ ਪੈਪ ਸਾ ਕੇ, ਅਤੇ ਮੈਂ ਉਹਨੂੰ ਪੁੱਛਣਾ ਕੀ ਹੋ ਗਿਆ, ਕਹਿੰਦਾ ਵੀ ਇਹਦਾ ਗੇਅਰ ਨਹੀਂ ਪੈ ਰਿਹਾ ਹੈਗਾ। ਅਤੇ ਫਿਰ ਮੈਂ ਉਹਨੂੰ ਏਜੰਸੀ ਫੋਨ ਕੀਤਾ ਬਾਈ ਨੂੰ, ਫਿਰ ਉਹ ਕਹਿੰਦਾ ਵੀ ਉਹ 'ਚ ਥੋੜ੍ਹਾ ਪਾਣੀ ਪੂਣੀ ਮਾਰੋ, ਇੱਥੋਂ ਗੇਅਰ ਨਿਕਲ ਫਿਰ ਨਿਕਲ ਜੂਗਾ, ਜਿਵੇਂ ਆਹ ਬੈਡਲਾਂ ਜਿਹੜੀਆਂ ਹੁੰਦੀਆਂ ਇਹ 'ਚੋਂ ਨਿਕਲੂ ਗਾਰਾ ਗੂਰਾ ਕਦੋਂ ਟਾਈਮ, ਫਿਰ ਬਾਅਦ 'ਚ ਬਾਈ ਗੇਅਰ ਪਊਗਾ। ਸਾਨੂੰ ਉਹਨਾਂ ਨੇ ਦੱਸਿਆ ਸੀ ਪਾਣੀ ਮਾਰਿਆ ਚਲ ਗੇਅਰ ਪੈਣ ਲੱਗ ਗਿਆ ਸਾਡੇ, ਦੂਜੀ ਪ੍ਰੋਬਲਮ ਇਹ ਹੋ ਗਈ। ਅਤੇ ਜਿਹੜੀ ਤੀਜੀ ਪ੍ਰੋਬਲਮ ਦੀ ਗੱਲ ਕਰਦੇ ਹਾਂ ਆਪਾਂ, ਉਹ ਹੈਗੀ ਆ ਜੀ ਇਹਦੇ ਬੈਕ ਸਾਈਡ 'ਤੇ, ਆਹ ਦੇ ਆਹ ਜਿਹੜੀ ਆਹ ਚੀਜ਼ ਆ ਹੈ ਨਾ, ਆਹ ਟੂਲ ਬੋਕਸ ਆ ਗਿਆ, ਅਤੇ ਆਹ ਆਪਣੀ ਕੋਜ਼ਨ ਲਾਈਟ ਆ ਗਈ। ਜਦੋਂ ਬੰਦੇ ਨੇ ਪਿੱਛੋਂ ਕੋਈ ਇੰਪਲੀਮੈਂਟ ਪਾਉਣਾ,
ਪਿੱਛੇ ਜਾਂ ਨਾ ਤਾਂ ਟਰਾਲੀ ਦਿਖਦੀ ਆ, ਠੀਕ ਹੈ ਜੀ, ਨਾ ਤੁਹਾਨੂੰ ਆਪਾਂ ਹੁੱਕ ਦਿਖਦੀ ਚੰਗੀ ਤਰ੍ਹਾਂ। ਜਜਮੈਂਟ ਮਤਲਬ ਅੰਦਾਜ਼ਾ ਹੀ ਹੁੰਦਾ ਬੰਦੇ ਨੂੰ ਵੀ ਇੱਥੇ ਕਿ ਟਰਾਲੀ ਦੀ ਹੁੱਕ ਆ, ਇੱਥੇ ਕਿ ਡਰਾਵਾ ਦੂਜਾ ਆਪਣਾ ਟਰੈਕਟਰ ਦੀ ਹੁੱਕ ਆ, ਅੰਦਾਜ਼ੇ ਨਾਲ ਪਾਉਣਾ ਪੈਂਦਾ। ਅਤੇ ਇਹ ਵੀ ਹੁਣ ਅਸੀਂ ਕਹਿੰਦੇ ਹਾਂ ਵੀ ਥੋੜ੍ਹਾ ਬਹੁਤਾ ਚੇਂਜ ਕਰੋ ਇਹਨੂੰ ਵੀ, ਕਿਉਂਕਿ ਜਦੋਂ ਉੱਪਰ ਬੈਠਾ ਬੰਦਾ ਤੁਹਾਨੂੰ ਕੁਛ ਨਹੀਂ ਦਿਖਦਾ ਹੈਗਾ ਉੱਪਰੋਂ ਬਹਿ ਕੇ, ਅਤੇ ਅੰਦਾਜ਼ੇ ਨਾਲ ਟਰਾਲੀ ਪਾਉਣੀ ਪੈਂਦੀ ਆ। ਇੰਪਲੀਮੈਂਟ ਪਾਉਣ ਨੂੰ ਕੋਈ ਇਸ਼ੂ ਨਹੀਂ ਹੈਗਾ, ਇੰਪਲੀਮੈਂਟ ਚੰਗੇ ਪਈ ਜਾਂਦੇ ਵਧੀਆ। ਇਹ ਤਿੰਨ ਪ੍ਰੋਬਲਮ ਹੋ ਗਈਆਂ ਇਹਦੀਆਂ। ਅਤੇ ਹੁਣ ਜੇ ਆਪਾਂ ਚੌਥੇ ਪ੍ਰੋਬਲਮ ਦੀ ਗੱਲ ਕਰਦੇ ਹਾਂ, ਚੌਥੀ ਪ੍ਰੋਬਲਮ ਹੈਗੀ ਹੈ ਜੀ ਇਹਦੇ ਵਿੱਚ ਆਪਣਾ, ਪਿੱਛੇ ਤਾਂ ਕੋਈ ਪ੍ਰੋਬਲਮ ਹੈ ਨਹੀਂ, ਪਿੱਛੋਂ ਸਾਰਾ ਰੇਟਰ ਪੂਰਾ ਵਧੀਆ, ਕੋਈ ਪ੍ਰੋਬਲਮ ਨਹੀਂ, ਕੋਈ ਲੈਂਕਾਂ 'ਚ ਕੁਛ ਨਹੀਂ ਹੈਗਾ ਜੀ। ਚੌਥੀ ਪ੍ਰੋਬਲਮ ਇਹਦੇ ਵਿੱਚ ਦੇਖਣ ਨੂੰ ਮਿਲੀ ਆ, ਜਿੱਦਾਂ ਮੰਨ ਲਓ ਜੇ ਆਪਾਂ ਇਹਦੇ ਗੇਅਰ ਕੰਪੇਅਰ ਕਰਦੇ ਹਾਂ ਜੌਂਡੀਅਰ ਦੇ ਨਾਲ, ਠੀਕ ਹੈ, ਤਾਂ ਇਹਦੇ ਜਿਹੜੇ ਗੇਅਰ ਆ ਉਹ ਥੋੜ੍ਹੇ ਜਿਹੇ ਜੌਂਡੀਅਰ ਨਾਲੋਂ ਹਾਰਡ ਆ। ਜਿਵੇਂ ਪਹਿਲਾਂ ਜਦੋਂ ਨਵਾਂ ਨਵਾਂ ਲੈ ਕੇ ਆਉਂਦਾ ਸੀਗਾ ਉਦੋਂ ਤਾਂ ਮਤਲਬ ਥੋੜ੍ਹੇ ਜ਼ਿਆਦਾ ਹਾਰਡ ਹੁੰਦੇ ਸੀਗੇ, ਹੁਣ ਜਿਵੇਂ ਜਿਵੇਂ ਚੱਲੀ ਜਾਂਦੇ ਆ ਉਵੇਂ ਉਵੇਂ ਥੋੜ੍ਹੇ ਜਿਹੇ ਸਮੂਥ ਹੋਈ ਜਾਂਦੇ ਗੇਅਰ, ਅਤੇ ਮਤਲਬ ਉੱਦਾਂ ਕੋਈ ਵੱਡੀ ਪ੍ਰੋਬਲਮ ਨਹੀਂ ਹੈਗੀ, ਗੇਅਰ ਪੂਰੇ ਵਧੀਆ ਪੈਂਦੇ, ਕੋਈ ਆਵਾਜ਼ ਨਹੀਂ ਆਉਂਦੀ ਗੇਅਰਾਂ ਦੇ ਵਿੱਚੋਂ, ਕੁਛ ਨਹੀਂ ਆਉਂਦਾ। ਉਹਦਾ ਜੇ ਆਪਾਂ ਗੱਲ ਕਰਦੇ ਹਾਂ ਕੰਪੇਅਰ ਜੌਂਡੀਅਰ ਦੇ ਹਿਸਾਬ ਨਾਲ, ਉਸ ਹਿਸਾਬ ਨਾਲ ਥੋੜ੍ਹੇ ਗੇਅਰ ਕਿਹੜੇ ਆ ਇਹਦੇ, ਜਿਵੇਂ ਗੇਅਰ ਪਾਉਣਾ ਕੱਢਣਾ ਕਰਨਾ, ਉਹ ਜੌਂਡੀਅਰ ਥੋੜ੍ਹੇ ਜਿਹੇ ਗੱਡੀ ਵਾਂਗੂ ਪੈ ਜਾਂਦੇ ਆ, ਅਤੇ ਇਹਦੇ ਥੋੜ੍ਹੇ ਹਾਰਡ, ਇੰਨੇ ਵੀ ਹਾਰਡ ਨਹੀਂ, ਮਤਲਬ ਨੋਰਮਲ ਜੇ ਆਪਾਂ ਗੱਲ ਕਰੀਏ ਤਾਂ ਥੋੜ੍ਹੇ ਜਿਹੇ ਹਾਰਡ ਹੈਗੇ ਆ ਦੂਜੇ ਰੇਟਰਾਂ ਨਾਲੋਂ, ਠੀਕ ਹੈ ਜੀ। ਅਤੇ ਉਹ ਤੋਂ ਬਾਅਦ ਇਹਦੀ ਆਪਾਂ ਹੋਰ ਜੇ ਗੱਲ ਕਰਦੇ ਹਾਂ, ਆਹ ਇੰਜਣ ਆ ਗਿਆ ਇਹਦਾ ਸਾਰਾ ਪੂਰਾ ਵਧੀਆ ਜੀ, ਪੰਪ ਜਿਵੇਂ ਸੈਟਿੰਗ ਹੁੰਦੀ ਸਾਰੀ ਪੰਪ ਦੀ ਪੂਰੀ ਵਧੀਆ, ਮੈਨੂੰ ਨਹੀਂ ਲੱਗਦਾ ਕਿ ਇਹਦੀ ਕੋਈ ਸੈਟਿੰਗ ਕਰਨ ਦੀ ਲੋੜ ਹੈਗੀ ਆ, ਠੀਕ ਹੈ, ਐਵੇਂ ਖਰਚਾ ਕਰਨ ਦੀ ਪੰਪ 'ਤੇ ਟਰਬੋ ਬੱਡੀ ਲਵਾ ਦਿਓ ਜੀ, ਕੋਈ ਲੋੜ ਨਹੀਂ। ਜਿੰਨਾ ਕੁ ਮੈਂ ਚਲਾਇਆ 250 ਘੰਟਾ, ਹੁਣ ਆਪਣੇ 15 ਹਾਲ ਪਾਏ ਹੁੰਦੇ ਇਹਦੇ ਮਗਰ, ਅਤੇ 22 ਤਵੀਆਂ, ਮੈਨੂੰ ਨਹੀਂ ਲੱਗਦਾ ਕਿ ਕੋਈ ਪ੍ਰਭਾਵ ਮੰਨਦਾ ਇਹ, ਠੀਕ ਹੈ ਜੀ। ਐਵੇਂ ਆਪਾਂ ਟਰੈਕਟਰ ਨੂੰ ਛੇੜ ਲੈਂਦੇ ਹਾਂ, ਬਾਅਦ 'ਚੋਂ ਲੋਟ ਨਹੀਂ ਆਉਂਦਾ ਜਾਂ ਕੁਛ ਵੀ ਪ੍ਰੋਬਲਮ, 5 ਸਾਲ ਬਾਅਦ ਆ ਜਾਂਦੀ, 10 ਸਾਲ ਬਾਅਦ ਆ ਜਾਂਦੀ ਆ, ਠੀਕ ਹੈ। ਮੈਨੂੰ ਨਹੀਂ ਲੱਗਦਾ ਕਿ ਹਾਂ ਜਿੱਥੇ ਕਿ ਲੋਟ ਹੈਗੀ ਉੱਥੇ ਕਰਨਾ ਚਾਹੀਦਾ, ਜਿਵੇਂ ਆਪਣੇ ਸੁਰਾਜ ਸੀਗਾ ਪਹਿਲਾਂ, ਉਹ ਹੁਣ ਵੀ ਹੈਗਾ ਸੁਰਾਜ ਆਪਣੇ, ਅਤੇ ਉਹ ਆਪਾਂ ਟਰਬੋ ਕਰਾਇਆ ਸੀਗਾ, ਅਤੇ ਆਪਾਂ 7 ਸਾਲ ਰੇਟਰ ਚਲਾਇਆ, ਉਹ ਪੂਰਾ ਵਧੀਆ ਚੱਲਿਆ, ਹੁਣ ਵੀ ਪੂਰਾ ਵਧੀਆ ਚੱਲ ਰਿਹਾ ਉਹ। ਜਿੱਥੇ ਲੋਟ ਹੈਗੀ ਉੱਥੇ ਕਰਾਓ, ਜਿੱਥੇ ਜਾਂਚ ਨੇ ਪਹਿਲਾਂ ਹੀ ਆਪਣੇ ਟਰਬੋ ਲਾ ਕੇ ਦੇਤੀ ਆ, ਉਹਨਾਂ ਨੂੰ ਪਤਾ ਵੀ ਇੰਨੇ ਇੰਜਣ ਨੇ ਇੰਨੀ ਪਾਵਰ ਚਲਣੀ ਆ, ਠੀਕ ਹੈ। ਜੇ ਆਪਾਂ ਹੁਣ ਗੱਲ ਕਰਦੇ ਹਾਂ ਇਹਦੇ ਇੰਜਣ ਦੀ ਗੱਲ ਕਰਦੇ ਹਾਂ, ਚਲੋ ਕਰ ਲਓ, ਹੁਣ ਜਿਹੜੇ ਪਿੱਛੇ ਗਰਾਰੇ ਆ, ਪਿੱਛੇ ਗੇਅਰ ਆ, ਉਹ ਤਾਂ 50 HP ਦਾ ਹੀ ਹਨਾ, ਮੂਹਰੋਂ ਚਾਹੇ ਉਹਨੂੰ 80-90 ਕਰ ਲਓ, ਪਿੱਛੇ ਵੀ ਲੱਤਾਂ ਭਾਰ ਚੱਲਣ ਚਾਹੀਦੀਆਂ ਨੇ ਗੇਅਰਾਂ ਦੀਆਂ ਵੀ, ਹਾਂ ਲੱਤਾਂ ਭਾਰ ਚੱਲਦੀਆਂ ਕਿ ਨਹੀਂ ਗੇਅਰਾਂ ਦੀਆਂ, ਗੇਅਰ ਟੋਟਦਾ ਜਾਂ ਕੁਛ ਹੋਰ ਕਰ ਤੋ। ਸੋ ਜਿਵੇਂ ਏਜੰਸੀ ਦਿੰਦੀ ਆ, ਟਰੈਕਟਰ ਕੋਲ ਸੋਚ ਕੇ ਦਿੰਦੀ ਆ, ਥੋੜ੍ਹਾ ਬਹੁਤਾ ਤੇਲ ਵਧਾਉਣਾ ਵਧਾ ਲਓ, ਪਰ ਆਪਾਂ ਨੋਰਮਲ ਟਰੈਕਟਰ ਇਹ, ਕੋਈ ਤੇਲ ਨਹੀਂ ਵਧਾਇਆ, ਕੁਛ ਨਹੀਂ ਕੀਤਾ, ਅਤੇ 250 ਘੰਟਾ ਚਲਾਇਆ, ਮਤਲਬ ਪੂਰਾ ਵਧੀਆ ਚੱਲੇ ਜੀ, ਇੱਕ ਨੰਬਰ। ਮੈਨੂੰ ਸਾਨੂੰ ਅੱਜ ਤੱਕ ਕੋਈ ਪ੍ਰੋਬਲਮ ਆਈ ਨਹੀਂ ਇਹਦੇ ਤੋਂ, ਜਿਵੇਂ ਰੇਟਰ ਲੈ ਕਹਿੰਦਾ ਏਜੰਸੀ ਨੂੰ, ਜੋ ਵੀ ਆ, ਕੋਈ ਚਾਬੀ ਨਹੀਂ, ਕੋਈ 5-6 ਮਹੀਨਿਆਂ 'ਚ ਕੁਛ ਨਹੀਂ ਲੱਗਿਆ ਇਹਦੇ, ਬਾਕੀ ਤੁਹਾਡੇ ਸਾਹਮਣੇ ਖੜ੍ਹਾ ਰੇਟਰ, ਅਤੇ ਨਿਗਾਹ ਮਾਰੋ। ਇਹ ਟਰੈਕਟਰ ਦੇ ਸਾਰੇ ਰਿਵਿਊ ਸੀਗੇ ਇਹਦੇ 250 ਘੰਟੇ ਦੇ, ਅਤੇ ਬਾਕੀ ਆਪਣੇ ਹੋਰ ਵੀਡੀਓ ਦੇਖਣ ਲਈ ਚੈਨਲ ਸਬਸਕ੍ਰਾਈਬ ਕਰ ਲਓ ਆਪਣਾ, ਅਤੇ ਮਿਲਦੇ ਹਾਂ ਗਾਂ ਵਾਲੀ ਵੀਡੀਓ ਵਿੱਚ। ਧੰਨਵਾਦ ਜੀ ਸਾਰਿਆਂ ਦਾ।